ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਦੁਨੀਆ ਨੂੰ, ਸਾਰੀ ਸਿੱਖ ਸੰਗਤ ਨੂੰ ਗੁਰਪੁਰਬ ਦੀ, ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੂਰੇ ਹੋਣ ਦੀ ਬਹੁਤ ਬਹੁਤ ਵਧਾਈ ਹੋਵੇ। ਮੈਂ ਤੇ ਗੁਰੂ ਦੀ ਉਹ ਸੇਵਕ ਹਾਂ ਜਿਹੜੀ ਆਪਣੀ ਜ਼ਿੰਦਗੀ ਨੂੰ ਗੁਰੂ ਸਾਹਿਬ ਦੇ ਪ੍ਰਚਾਰ ਵਿੱਚ ਲਗਾ ਚੁੱਕੀ ਹਾਂ। ਮੇਰੀ ਸਨਮਾਨ ਯਾਤਰਾ, ਇੱਕ ਸਾਲ ਵੀ ਨਹੀਂ ਹੋਇਆ ਮੇਰੀ ਸਨਮਾਨ ਯਾਤਰਾ ਜਿਹੜੀ ਨਿਕਲੀ ਸੀ ਜੰਮੂ ਤੋਂ ਲੈ ਕੇ 780 ਕਸ਼ਮੀਰੀ ਪੰਡਿਤ ਸ਼ੀਸ਼ਗੰਜ ਗਏ ਔਰ ਸ਼ੀਸ਼ਗੰਜ ਤੋਂ ਅਨੰਦਪੁਰ ਸਾਹਿਬ ਉੱਥੇ ਜਾ ਕੇ ਅਰਦਾਸ ਕੀਤੀ। ਔਰ ਦੇਖੋ ਸਾਰੇ ਕਸ਼ਮੀਰੀਆਂ ਦਾ, ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਲਈ ਵਾਹਿਗੁਰੂ ਨੇ ਤੇ ਉਹਨਾਂ ਨੂੰ ਆਰਟੀਕਲ 370 ਨਿਕਲ ਗਿਆ 21 ਸਾਲ ਵਿੱਚ। ਤੇ ਇਸ ਸਾਲ, ਇਸ 550 ਸਾਲ ਵਿੱਚ ਸਾਰਾ ਕੁਛ ਅੱਛਾ ਹੀ ਹੋ ਰਿਹਾ ਹੈ ਪੂਰੀ ਦੁਨੀਆ ਲਈ। ਤੇ ਮੈਂ ਦੁਆ ਕਰਦੀ ਹਾਂ ਵਾਹਿਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਤਾਨੀ ਉਹਨਾਂ ਸਾਰਿਆਂ ਆਪਣੇ 10ਵਾਂ ਗੁਰੂ ਦਾ ਆਸ਼ੀਰਵਾਦ ਇਸ ਦੁਨੀਆ ਤੇ ਬਣਾ ਰਹੇ ਤੇ ਸਾਰੇ ਗੁਰੂ ਸਾਹਿਬ ਦਾ ਫਰਮਾਨ ਮੰਨ ਕੇ ਆਪਣੀ ਜ਼ਿੰਦਗੀ ਅੱਗੇ ਵਧਾਉਣ। ਤੇ ਮੈਂ ਅੱਜ, ਮੈਨੂੰ ਜਿਹੜਾ ਅਵਾਰਡ ਦਿੱਤਾ ਜਾ ਰਿਹਾ ਹੈ, ਜਿਹੜਾ ਓਨਰ ਅਵਾਰਡ ਨਹੀਂ ਜਿਹੜਾ